ਆ ਕਣਕ ਆਟੇ ਦੀ ਗੱਲ ਆ ਗਈ। ਕਹਿੰਦੇ ਜੀ ਇਹ ਤਾਂ ਜੀ ਬਹੁਤ ਖਤਰਨਾਕ ਪਾਰਟੀ ਆ ਗਈ, ਇਹ ਤਾਂ ਜੀ ਕਹਿੰਦੇ ਘਟਾ ਤਾ ਰਾਸ਼ਨ। ਕਿੱਥੋਂ ਘਟਾ ਤਾ? 3 ਮਹੀਨਿਆਂ ਬਾਅਦ 15 ਕਿਲੋ ਦਿੰਦੇ ਸੀ, ਅਸੀਂ ਹਰੇਕ ਮਹੀਨੇ 5 ਕਿਲੋ ਤੋਂ ਬਾਅਦ ਕਰਤਾ ਵੀ ਮਹੀਨੇ ਵੱਧ ਦਿਓ। ਅਤੇ ਨਾਲੇ ਇਹ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਮੁੱਖ ਮੰਤਰੀ ਤੌਰ 'ਤੇ, ਇਹ ਮਰਜ਼ੀ ਹੈ ਅਗਲੇ ਘਰ ਦੀ, ਆਟਾ ਲੈਣਾ ਜਾਂ ਕਣਕ ਲੈਣੀ ਹੈ। ਜੇ ਆਟਾ ਲੈਣਾ ਅਸੀਂ ਪਸਾ ਕੇ ਦੇਵਾਂਗੇ, ਜੇ ਕਣਕ ਲੈਣੀ ਹੈ ਸਰਕਾਰ ਨੂੰ ਤਾਂ ਫਾਇਦਾ ਇਸ ਗੱਲ ਦਾ ਕਿ ਪਸਾਈ ਦਾ ਪੈਸਾ ਸਰਕਾਰ ਦਾ ਬਚਦਾ, ਜੇ ਕਣਕ ਲੈਣੀ ਹੈ ਕਣਕ ਲੈ ਲਓ। ਜੇ 100 ਘਰ ਨੇ, 100 ਦੇ 100 ਘਰ ਕਹਿੰਦੇ ਨੇ ਕਣਕ ਚਾਹੀਦੀ, ਕਣਕ ਦੇਵਾਂਗੇ, ਔਰ ਕਣਕ ਵੀ ਉਹ ਦੇਵਾਂਗੇ ਜਿਹੜੀ ਐਤਕੀ ਮੰਡੀ 'ਚ ਆਈ ਸੀ ਜਮਾਂ ਲਾਲ ਰੰਗ ਦੀ, ਉਹ ਨਹੀਂ ਦਿੰਦੇ ਜਿਹ ਸੁਸਰੀ ਪੈ ਗਈ ਜਾਂ ਪਹਿਲਾਂ ਮਿੱਟੀ ਖਾ ਗਈ, ਉਹਨੂੰ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕ ਨਹੀਂ ਦਿੰਦੇ। ਜਿਹੜੇ ਜਿਹੜੀ ਕਣਕ ਭਗਵੰਤ ਮਾਨ ਦੇ ਘਰੇ ਹੈ ਉਹੀ ਕਣਕ ਗਰੀਬ ਦੇ ਘਰੇ ਹੋਣੀ ਚਾਹੀਦੀ, ਤਾਂ ਕਮੀਆਂ ਦੇ ਵਿਹੜੇ ਸੂਰਜ ਚੜੂਗਾ, ਨਹੀਂ ਤਾਂ ਨਹੀਂ ਚੜਨਾ।